ਨਿੱਜੀ ਚੈਨਲਾਂ ਤੇ ਸੋਨੂੰ ਬਾਬਾ ਗੱਦੀ ਨਸ਼ੀਨ ਭੁਪੇਸ਼ਾ ਪਿੰਡ ਮਾਨਕਾ ਜ਼ਿਲ੍ਹਾ ਕਪੂਰਥਲਾ ਵਿੱਚ ਉਹਨਾਂ ਦੀ ਪਤਨੀ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਾਬਾ ਤੇ ਇਲਜ਼ਾਮ ਲਗਾਏ ਗਏ। ਉਹਨਾਂ ਦੀ ਪਤਨੀ ਨੇ ਆਖਿਆ ਕਿ ਮੇਰੀ ਕੁੱਟਮਾਰ ਕੀਤੀ ਗਈ। ਇੱਕ ਹੋਰ ਬੜਾ ਗੰਭੀਰ ਇਲਜ਼ਾਮ ਲਗਾਇਆ ਕਿ ਬਾਬੇ ਦੇ ਔਰਤਾਂ ਨਾਲ ਸੰਬੰਧ ਹਨ। ਬੀਬੀਸੀ ਇੰਟਰਨੈਸ਼ਨਲ ਰੇਡੀਓ ਨੇ ਕੋਸ਼ਿਸ਼ ਕੀਤੀ ਕਿ ਬਾਬੇ ਦੇ ਸ਼ਰਧਾਲੂਆਂ ਦਾ ਸਟਿੰਗ ਕੀਤਾ ਜਾਵੇ। ਅਸੀਂ ਕੋਸ਼ਿਸ਼ ਕੀਤੀ, ਕਿੰਨੇ ਕਾਮਯਾਬ ਹੋਏ ਇਹ ਤਾਂ ਪਬਲਿਕ ਫੈਸਲਾ ਕਰੇ। ਬਾਬੇ ਸੋਨੂੰ ਸ਼ਾਹ ਨੇ ਆਪਣੀ ਪਤਨੀ ਦੇ ਸਵਾਲਾਂ ਦੇ ਖੁੱਲ੍ਹ ਕੇ ਜਵਾਬ ਦਿੱਤੇ। ਸ਼ਰਧਾਲੂਆਂ ਨੇ ਵੀ ਆਖ ਦਿੱਤੀਆਂ ਆਹ ਗੱਲਾਂ। ਆਓ ਦੇਖਦੇ ਹਾਂ ਕੌਣ ਸਹੀ ਕੌਣ ਗਲਤ, ਫੈਸਲਾ ਸੰਗਤ ਕਰੇ। ਸੋਨੂੰ ਸ਼ਾਹ ਬਾਬੇ ਨੇ ਦੱਸਿਆ ਅਸਲ ਮਾਮਲਾ ਕੀ ਹੈ, ਜਿਸ ਨੂੰ ਡਾਇਵਰਟ ਕਰਕੇ ਰੰਗਤ ਹੋਰ ਦਿੱਤੀ ਜਾ ਰਹੀ ਹੈ। ਵੀਡੀਓ ਪੂਰਾ ਦੇਖਿਓ ਅਤੇ ਆਪਣੇ ਵਿਚਾਰ। ਹੈਗੇ ਆ ਕਿ ਭੁਪਾਸ਼ਾ ਡੇਰੇ ਦੇ ਜਿਹੜੀ ਸੰਗਤ ਆਈ ਆ ਬਾਬੇ 'ਤੇ ਬਹੁਤ ਗੰਭੀਰ ਇਲਜ਼ਾਮ ਲਗਾਏ ਉਹਨਾਂ ਦੀ ਫੈਮਿਲੀ ਨੇ। ਤੁਸੀਂ ਆਪਾਂ ਕੋਸ਼ਿਸ਼ ਕਰਦੇ ਹੈਗੇ ਹਾਂ ਜਿਹੜੀ ਇੱਥੇ ਸੰਗਤ ਪਹੁੰਚਦੀ ਹੈਗੀ ਆ, ਸੋ ਉਹਨਾਂ ਨੂੰ ਪੁੱਛਦੇ ਹੈਗੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਆ। ਸੋ ਆਪਾਂ ਤੁਸੀਂ ਇੱਕ ਬਾਬਾ ਜੀ ਦਾ ਫੈਮਿਲੀ ਡਿਸਪਿਊਟ ਚੱਲਦਾ ਹੈਗਾ, ਹੈ ਨਾ? ਹਾਂਜੀ। ਸੋ ਇਹਨਾਂ ਦੀ ਵਾਈਫ ਨੇ ਇਲਜ਼ਾਮ ਲਗਾਏ ਆ ਕਿ ਬਾਬਾ ਜੀ ਦੇ ਕਰੈਕਟਰ ਤੇ ਗੱਲ ਉਂਗਲੀਆਂ ਚੱਕੀਆਂ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਤੁਸੀਂ ਕਿੰਨੇ ਕੁ ਚਿਰ ਤੋਂ ਇਸ ਡੇਰੇ ਤੇ ਆਉਂਦੇ ਆ? ਅਸੀਂ ਬਾਬਾ ਜੀ ਤੇ 2 ਸਾਲ ਤੋਂ ਤਾਂ ਹੁਣ ਇੱਥੇ ਡੇਰੇ ਆਉਂਦੇ। ਪਹਿਲਾਂ ਬਾਬਾ ਜੀ ਨੂੰ 10-12 ਸਾਲ ਤੋਂ ਜਾਣਦੇ ਆ, ਜਿੱਦਾਂ ਅਸੀਂ ਪਿੱਛੇ ਵੀ ਇਹ ਗੱਲ ਬਹੁਤ ਬਿਲਕੁਲ ਗਲਤ ਕਹਿ ਰਹੇ ਆ ਉਹ ਬਾਬਾ ਜੀ ਦੇ ਕਰੈਕਟਰ ਬਾਰੇ। ਸਾਡੇ ਏਰੀਏ ਦੇ ਜਿੱਥੇ ਮਰਜ਼ੀ ਪੁੱਛ ਲੈਣਾ, ਆਹ ਕੰਮ ਅੱਜ ਤੇ ਬਾਬਾ ਜੀ ਨੇ ਕੀਤਾ ਨੀਗਾ ਜਿਹੜਾ ਕੰਮ ਉਹ ਕਹਿੰਦੇ ਆ, ਨਾ ਹੀ ਬਾਬਾ ਜੀ ਕਰ ਸਕਦੇ ਆ। ਇੰਨਾ ਕੁ ਸਾਨੂੰ ਪਤਾ ਆ, ਅਸੀਂ ਵੀ ਚਾਹੇ ਸਿੱਖੀ ਨੂੰ ਮੰਨਣੇ ਵਾਲੇ ਆ ਜਾਂ ਕੁਛ ਵੀ ਆ, ਪਰ ਬਾਬਾ ਜੀ ਇਦਾਂ ਗਲਤ ਨਹੀਂ ਕਰ ਸਕਦੇ। ਤੁਸੀਂ ਦੇਖ ਸਕਦੇ ਹੋ ਇਹ ਸੰਗਤ ਦੀ ਸਫਾਈ ਹੈਗੀ ਆ ਕਿ ਬੀਬੀ ਨੇ ਇਲਜ਼ਾਮ ਲਗਾਏ ਆ ਕਿ ਬਾਬੇ ਕੋਲ ਬੀਬੀਆਂ ਆਉਣੀਆਂ, ਸਾਫ਼ ਸ਼ਬਦਾਂ 'ਚ ਉਹਨਾਂ ਨੇ ਕਿਹਾ, ਮਤਲਬ ਕਰੈਕਟਰ 'ਤੇ ਉਂਗਲੀ ਉਠਾਈ ਆ। ਤੁਹਾਡੇ ਕੋਲ ਪੁੱਛਦੇ ਹਾਂ ਅਸੀਂ, ਤੁਹਾਡਾ ਕੀ ਕਹਿਣਾ ਜੀ? ਅੱਜ ਤੋਂ 14-15 ਸਾਲ ਤੋਂ ਪਹਿਲਾਂ ਬਾਬਾ ਰਹਿ ਰਿਹਾ ਇੱਥੇ, ਕੋਈ ਇੱਦਾਂ ਦਾ ਕ੍ਰਿਕਟ ਲਿਸਟ ਨਹੀਂ ਹੈਗਾ। ਬਾਬਾ ਹਰ ਕੋਈ ਸੰਗਤ ਆਉਂਦੀ, ਹਰ ਨੂੰ ਚਾਹ ਪਾਣੀ, ਬੀਬੀਆਂ ਨੂੰ, ਭਾਈਆਂ ਨੂੰ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ ਚਾਹ ਪਾਣੀ ਦਿੰਦੇ ਆ, ਕੋਈ ਇੱਦਾਂ ਦੀ ਗੱਲਬਾਤ ਨਹੀਂ। ਇਹ ਤਾਂ ਜਿਹੜੇ ਗਲਤ ਬਿਆਨ ਨਹੀਂ ਜਿਹੜੇ ਦਿੰਦੇ ਆ ਉਹ ਗਲਤ, ਉਹਦਾ ਪ੍ਰਭਾਵ ਜਿਹੜਾ ਪਾਉਂਦੇ ਆ ਉਹ ਗਲਤ ਆ। ਬਾਬਾ ਸਾਡਾ ਬਿਲਕੁਲ ਸਹੀ ਆ, ਭਾਵੇਂ ਚੋਂ ਪਿੰਡਾਂ ਜਾ ਪਤਾ ਕਰ ਲਓ। ਇਹਨਾਂ ਦਾ ਕਹਿਣਾ ਕਿ ਬਾਬੇ ਜੀ ਦਾ ਪ੍ਰਭਾਵ ਜਿਹੜਾ ਹੈਗਾ ਆ ਉਹ ਸੰਗਤ ਦੇ ਵਿੱਚ ਬਹੁਤ ਵਧੀਆ ਹੈਗਾ ਹੈ। ਇੱਦਾਂ ਦਾ ਜਿਹੜਾ ਇਲਜ਼ਾਮ ਲਗਾਉਣਾ ਸੰਗਤ ਕਹਿੰਦੀ ਹੈ ਕਿ ਸਰਾਸਰ ਗਲਤ ਆ, ਅਸੀਂ ਕਦੇ ਨਹੀਂ ਦੇਖਿਆ ਹੈਗਾ। ਹਾਂਜੀ। ਤੁਹਾਨੂੰ ਪਤਾ ਕਿ ਬਾਬਾ ਜੀ ਦਾ ਇੱਕ ਪਰਿਵਾਰਕ ਡਿਸਪਿਊਟ ਚੱਲਦਾ ਹੈ ਕਿ ਇਹਨਾਂ ਦੀ ਵਾਈਫ ਨੇ ਇਹਨਾਂ ਤੇ ਹਲਕੇ ਇਲਜ਼ਾਮ ਲਗਾਏ ਹੈਗੇ ਆ, ਕਿ ਇੱਦਾਂ ਦੀ ਗੱਲਬਾਤ ਹੈਗੀ ਆ? ਹੁਣ ਡੇਰੇ ਤੇ ਤਾਂ ਜੀ ਸਾਰੇ ਇੱਥੇ ਬੁੜੀਆਂ ਆਉਂਦੀਆਂ, ਦੁੱਖ ਸੁੱਖ ਲਈ ਆਉਂਦੀਆਂ ਆ। ਹੁਣ ਸਾਰਾ ਕੋਈ ਮਾੜਾ ਤਾਂ ਨਹੀਂ ਹੋ ਸਕਦਾ, ਠੀਕ ਨੇ? ਬੁੜੀਆਂ ਹੁਣ ਆਉਂਦੀਆਂ ਕੋਈ ਦੁੱਖ ਲਈ ਆਉਂਦੇ, ਬਾਬਾ ਕਿਸੇ ਸੱਦਣ ਤਾਂ ਜਾਂਦਾ ਨਹੀਂ, ਨਾ ਕਿਸੇ ਘਰ ਜਾਂਦਾ। ਇਲਜ਼ਾਮ ਨੇ ਤਾਂ ਗਲਤ ਗੱਲ ਹੈ, ਹੈ ਨਾ? ਜਾਂ ਤਾਂ ਕੋਈ ਸਬੂਤ ਹੋਣਾ ਚਾਹੀਦਾ ਵੀ ਇਲਜ਼ਾਮ ਫਲਾਨਾ ਹੈ, ਜਨਾਨੀ ਆ ਜਾਂ ਉਹ ਆ, ਕੋਈ ਸਬੂਤ ਤਾਂ ਦੇਖਿਆ ਨਹੀਂ। ਇਹ ਤਾਂ ਜਨਾਨੀਆਂ ਤਾਂ ਆਉਂਦੀਆਂ, ਦੁੱਖ ਸੁੱਖ ਲਈ ਸਭ ਆਉਂਦੇ ਆ, ਜਿਹੜਾ ਦੁਖੀ ਉਹ ਆ ਜਾਂਦਾ। ਕਹਿੰਦੇ ਹੁੰਦੇ ਇਸ਼ਕ ਮੁਸ਼ਕ ਦੇ ਖੰਭ ਨਾ ਲੁਕਦੇ, ਲੁਕੇ ਨਾ ਚੋਰੀ ਯਾਰੀ, ਕਦੇ ਕੋਈ ਮਾੜੀ ਮੋਟੀ ਕੰਸੋ ਜਾਂ ਕਦੇ ਮੁਸ਼ਕ ਆਇਆ ਹੋਵੇ। ਨਾ ਕਦੇ ਸੁਣਿਆ ਨਹੀਂ। ਤੁਹਾਡੀ ਦਾੜੀ ਚਿੱਟੀ ਆ, ਦੇਖ ਲਓ। ਅੱਜ ਸੁਣਿਆ ਨਹੀਂ, ਨਹੀਂ ਸੁਣਿਆ ਨਾ ਦੇਖਿਆ। ਦੇਖਿਆ ਹੋਵੇ ਜਾਂ ਸੁਣਿਆ ਹੋਵੇ ਜਾਂ ਪਤਾ ਹੋਵੇ ਤੇ ਚਲਾ ਤੇ ਵੇਖਿਆ ਤਾਂ ਕੋਈ ਠੀਕ ਹੈ, ਬਾਬਾ ਗਲਤ ਆ, ਪਰ ਦੇਖਿਆ ਨਹੀਂ। ਅਜੇ ਤੱਕ ਤਾਂ ਸਾਨੂੰ ਕੋਈ ਇਦਾਂ ਦਾ ਕਲੂ ਨਹੀਂ ਮਿਲਿਆ ਕਿ ਸੰਗਲ ਦੇ ਵਿੱਚ ਕਿਸੇ ਨੇ ਕਹਿ ਦਿੱਤਾ ਹੋਵੇ ਕਿ ਥੋੜਾ ਜਿਹਾ ਮੁਸ਼ਕ ਵੀ ਆਇਆ ਹੋਵੇ। ਇੱਕ ਮਾਤਾ ਜੀ ਹੈਗੇ ਆ, ਉਹ ਇੱਥੇ ਦਰਬਾਰ ਦੇ ਖੜੇ ਨੇ, ਮੱਥਾ ਟੇਕਣ ਆਏ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹ ਕਹਿੰਦੀ ਕਿ ਬਾਬੇ ਕੋਲ ਸਿੱਧਾ ਗੱਲ ਕਰਦੇ, ਬੀਬੀਆਂ ਬਹੁਤ ਆਉਣੀਆਂ। ਨਹੀਂ ਦੇਖੋ ਜੀ, ਸਾਰੇ ਆਪਾਂ ਮੇਰੇ ਦੁੱਖ ਨੂੰ ਆਉਂਦੇ ਆ, ਬੀਬੀਆਂ ਵੀ ਆਉਂਦੀਆਂ, ਭੈਣਾਂ ਵੀ ਆਉਂਦੀਆਂ, ਮਾਵਾਂ ਵੀ ਆਉਂਦੀਆਂ ਆ, ਅਸੀਂ ਵੀ ਆਉਂਦੇ, ਬਹੁਤ ਚਿਰ ਤੋਂ ਆਉਂਦੇ ਆ, ਸਾਨੂੰ ਵੀ 8-10 ਸਾਲ ਹੋ ਚੱਲੇ ਆ। ਅਸੀਂ ਤਾਂ ਬਾਬਾ ਜੀ ਦੇ ਵਿੱਚ ਇਹੋ ਜਿਹੀ ਕੋਈ ਗੱਲ, ਕੋਈ ਕਮੀ ਪੇਸ਼ੀ ਨਹੀਂ ਦੇਖੀ ਹੈਗੀ।
ਬਾਬਾ ਜੀ ਸੁਨੱਖੇ ਬੜੇ ਆ, ਉਦਾਂ ਕਦੇ ਕੋਈ ਮਾੜੇ ਮੋਟਾ ਮੁਸ਼ਕ ਆਇਆ ਹੋਵੇ? ਨਹੀਂ ਨਹੀਂ ਨਹੀਂ, ਬਿਲਕੁਲ ਵੀ ਨਹੀਂ। ਦਰਬਾਰ 'ਚ ਖੜੇ ਅਸੀਂ ਮਾਲਕ ਨੂੰ ਜਾਨ ਦੇਣੀ ਆ। ਉਹਨਾਂ ਨੂੰ ਐਡਾ ਬੜਾ ਇਲਜ਼ਾਮ ਲਾਉਣਿਆਂ ਨੂੰ, ਲਾਉਣ ਵਾਲਿਆਂ ਨੂੰ ਵੀ ਕੁਛ ਸੋਚਣਾ ਚਾਹੀਦਾ ਸੀ। ਹਾਂਜੀ ਦੇਖੋ ਜੀ, ਮੇਰੀ ਉਹਨਾਂ ਦਾ ਪਰਿਵਾਰ ਆ, ਟੱਬਰ ਆ, ਹੈ ਨਾ। ਪਰ ਉਹਨਾਂ ਨੇ ਇੰਨਾ ਟਾਈਮ ਉਹਨੀ ਕੱਢਿਆ ਬੀਬੀ ਜੀ ਹੁਣੀ, ਪਰ ਇੱਦਾਂ ਨਹੀਂ ਅਸੀਂ ਤਾਂ ਨਹੀਂ ਕਹਿ ਸਕਦੇ ਇਸ ਗੱਲ ਨੂੰ। ਇੱਕ ਤੁਸੀਂ ਮਤਲਬ ਔਰਤ ਹੋਣ ਦੇ ਨਾਤੇ ਦੱਸ ਸਕਦੇ ਆ, ਬਹੁਤ ਸਾਰੇ ਕੇਸਾਂ ਦੇ ਵਿੱਚ ਬੀਬੀਆਂ ਨੂੰ ਕਿਉਂ ਦਿਖਾਈ ਦਿੰਦਾ ਕਿ ਮੇਰਾ ਬੰਦਾ ਗਲਤ ਆ? ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਪਬਲਿਕ ਲਈ ਸਵਾਲ ਹੈ। ਇਹ ਸਾਡੀਆਂ ਜਿਹੜੀਆਂ ਨਜ਼ਰਾਂ ਇਹੀ ਗਲਤ ਆ, ਜਿਹੜਾ ਸਾਡਾ ਮਨ ਆ ਇਹ ਨਹੀਂ ਚੰਗਾ ਹੈਗਾ, ਕਿਉਂਕਿ ਅਸੀਂ ਦੂਜੇ ਜਣੇ ਨੂੰ ਇੱਕਦਮ ਗਲਤ ਕਹਿ ਦੇ। ਆਪਣੇ ਆਪ ਨੂੰ ਦੇਖਣਾ ਚਾਹੀਦਾ ਵੀ ਅਸੀਂ ਕਿੱਦਾਂ ਦੀ ਹਸਤੀ ਮਹਾਨ ਆ, ਅਸੀਂ ਕਿਹੜੀ ਉਹਨੂੰ ਗੱਲ ਕਿਹੜਾ ਸ਼ਬਦ ਕਹਿਣ ਲੱਗੇ ਹਾਂ, ਪਰ ਇਹ ਗਲਤ ਆ, ਬਿਲਕੁਲ ਗਲਤ। ਸੋ ਅਜੇ ਤੱਕ ਤਾਂ ਸਾਨੂੰ ਕੋਈ ਕਲੂ ਨਹੀਂ ਮਿਲੀ, ਅਸੀਂ ਆਪਣੀ ਖੋਜ ਜਾਰੀ ਰੱਖਾਂਗੇ। ਬਾਬਾ ਜੀ ਦੀ ਡਿਸਪਿਊਟ ਦੀ ਆਪਾਂ ਗੱਲ ਕਰਦੇ ਹੈਗੇ ਹਾਂ, ਸ਼ਰਧਾਲੂ ਨਾ ਇਹਨਾਂ ਨੂੰ ਮੜ ਜਾ ਪੜਦੇ ਨਾ ਪੁੱਛਣ ਦੀ ਕੋਸ਼ਿਸ਼ ਕਰਾਂਗੇ ਆਪਾਂ। ਸੋ ਬਾਬਾ ਜੀ ਦਾ ਇੱਕ ਫੈਮਿਲੀ ਮੈਟਰ ਚੱਲਦਾ ਹੈ ਨਾ ਜੀ, ਤੇ ਇਲਜ਼ਾਮ ਲਗਾਏ ਆ ਹੈ ਨਾ ਕਿ ਬਾਬਾ ਜੀ ਦੇ ਕੋਲ ਲੜਕੀਆਂ ਬਹੁਤ ਆਉਂਦੀਆਂ ਹੈ ਨਾ, ਔਰਤਾਂ ਨਾਲ ਸੰਬੰਧ ਕਹਿੰਦੇ ਹੈ ਨਾ, ਤੁਹਾਡਾ ਕੀ ਕਹਿਣਾ ਹੈਗਾ? ਨਹੀਂ ਜੀ, ਅਸੀਂ ਤਾਂ ਕਦੀ ਅੱਜ ਤੱਕ ਦੇਖਿਆ ਨਹੀਂ ਜੀ। ਸਾਨੂੰ ਘੱਟੋ ਘੱਟ 4-5 ਮਹੀਨੇ ਹੋ ਗਏ ਡੇਰੇ 'ਤੇ ਆਉਂਦਿਆਂ ਨੂੰ, ਅਤੇ ਉਸ ਤੋਂ ਪਹਿਲਾਂ ਦੇ ਵੀ ਅਸੀਂ ਕਾਫੀ ਮਤਲਬ ਬਾਬਾ ਜੀ ਦੇ ਨਾਲ ਕਲੋਜ਼ ਰਹੇ ਹਾਂ। ਅੱਜ ਤੱਕ ਕਦੀ ਨਹੀਂ ਇਹਨਾਂ ਦੀ ਕਦੀ ਗੱਲ ਨਹੀਂ ਸੁਣੀ ਇੱਦਾਂ ਦੀ ਜੀ। ਅਸੀਂ ਇਸ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਾਂ ਜੀ ਵੀ ਅਸੀਂ ਅੱਜ ਤੱਕ ਕੋਈ ਗੱਲ ਨਹੀਂ ਸੁਣੀ ਇੱਦਾਂ ਦੀ, ਨਹੀਂ ਤਾਂ ਪਤਾ ਤਾਂ ਲੱਗੇ ਜਾਂਦਾ ਦਰਬਾਰ 'ਤੇ। ਨਹੀਂ ਨਹੀਂ ਜੀ, ਆਪਾਂ ਹਾਜ਼ਰ ਨਾਜ਼ਰ ਹੋ ਕੇ ਬਾਬਾ ਜੀ ਨੂੰ ਇਹ ਗੱਲ ਜਾਣਦੇ ਹਾਂ, ਕਹਿੰਦੇ ਹਾਂ ਮਤਲਬ ਇੱਦਾਂ ਦੇ ਬਾਬਾ ਜੀ ਦਾ ਨਹੀਂ ਹੈਗਾ ਜੀ, ਕਦੀ ਮੈਟਰ ਹੀ ਨਹੀਂ ਕਦੀ। ਤੁਸੀਂ ਦੇਖ ਸਕਦੇ ਹੋ ਅਸੀਂ ਪੜਦੇ ਨਾਲ ਪੁੱਛਿਆ ਹੈਗਾ। ਸੋ ਬਾਕੀ ਸਾਨੂੰ ਕੋਈ ਹੋਰ ਮਿਲਿਆ ਤਾਂ ਉਹਦੇ ਨਾਲ ਵੀ ਅਸੀਂ ਗੱਲ ਕਰਨ ਦੀ। ਇਲਜ਼ਾਮ ਤਾਂ ਜਿਹੜੇ ਹੈਗੇ ਆ ਤੁਹਾਡੇ ਅਸੀਂ ਸੁਣ ਲਏ ਹੈਗੇ ਆ। ਸੋ ਆਪਾਂ ਇੱਕ ਹੋਰ ਸ਼ਰਧਾਲੂ ਸਾਡੇ ਜਿਹੜੇ ਹੈਗੇ ਆ ਇੱਥੇ ਸਾਨੂੰ ਮਿਲੇ ਹੈਗੇ ਆ, ਦੇਖ ਸਕਦੇ ਹੋ ਤੁਸੀਂ ਇੱਥੇ ਬਾਏ ਫੜ ਲਏ, ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਚੰਗਾ ਲੱਗਾ ਹੋਊਗਾ ਕਿ ਨਹੀਂ ਲੱਗਾ ਹੋਊਗਾ। ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ 'ਤੇ ਇੱਕ ਖਬਰ ਚੱਲੀ ਹੈਗਾ ਕਿਸੇ ਨਿੱਜੀ ਚੈਨਲ 'ਤੇ, ਅਤੇ ਇਹਨਾਂ ਦੀ ਉਹ ਦੱਸ ਮੈਂ ਉਹਨਾਂ ਦੀ ਵਾਈਫ ਹੈਗੀ ਹਾਂ ਨਾ, ਹਾਂਜੀ, ਇੱਕ ਇਲਜ਼ਾਮ ਲਗਾਏ ਇੱਕ ਤਾਂ ਕਿਹਾ ਵੀ ਮੈਨੂੰ ਚਮਟੇ ਨਾਲ ਕੁੱਟਿਆ ਕਿਉਂਕਿ ਇਹ ਕੋਈ ਆਪਾਂ ਨਿਰਣੇ ਨਹੀਂ ਕਰ ਸਕਦੇ। ਇੱਕ ਉਹਨੇ ਹੋਰ ਇਲਜ਼ਾਮ ਲਗਾਇਆ ਕਿ ਜਿਹਦੇ ਕੋਲ ਔਰਤਾਂ ਬਹੁਤ ਆਉਂਦੀਆਂ। ਹਾਂਜੀ ਦੇਖੋ ਜੀ, ਮੇਰੀ ਗੱਲ ਸੁਣੋ, ਇੱਕ ਮੈਂ ਹੱਥ ਬੰਨ ਕੇ ਬੇਨਤੀ ਪਹਿਲਾਂ ਤਾਂ ਰੋਜ਼ ਅੱਗੇ ਕਰਦਾ ਕਿ ਮਹਾਰਾਜ ਮੈਨੂੰ ਬਖਸ਼ੇ, ਮੈਨੂੰ ਸੱਚ ਬੋਲਣ ਦੀ ਸਮੱਸਿਆ ਬਖਸ਼ੇ, ਉਹਨਾਂ ਕੋਲੋਂ ਮਾਫ਼ੀ ਮੰਗਦਾ। ਮੈਨੂੰ 40 ਸਾਲ ਹੋ ਗਿਆ ਇਸ ਰੋਜ਼ 'ਤੇ ਆਉਂਦੇ ਨੂੰ। ਜਿਹੜਾ ਪਹਿਲਾ ਸਾਈਂ ਸੀ ਕਾਲੀਦਾਸ ਜੀ, ਉਹਨੂੰ ਮੈਂ ਬਿਠਾ ਲਿਆ ਇੱਥੇ, ਉਹ ਸਵਰਗਵਾਸ ਹੋ ਗਿਆ। ਬਾਅਦ ਵਿੱਚ ਇਹਨਾਂ ਨੂੰ ਮਢਾਈ ਤੋਂ ਲਿਆਂਦਾ, ਇਹਨਾਂ ਨੇ ਦੇਖੋ ਦਰਬਾਰ ਸਜਾ ਦਿੱਤਾ। ਜਿੰਨੀ ਮਿਹਨਤ ਕਰਦੇ ਆ ਇਹ, ਪਸ਼ੂ ਰੱਖਦੇ ਆ ਇੱਥੇ, ਟਰੈਕਟਰ ਚੜ੍ਹਦੇ ਆ, ਮੋਟਰਸਾਈਕਲ ਚੜ੍ਹਦੇ ਆ, ਜਿੰਨੀ ਵੀ ਆਮਦਨ ਹੁੰਦੀ ਆ ਵੇਚ ਕੇ ਇਹ ਹਰੇ ਦਰਬਾਰ 'ਤੇ ਲਾਉਂਦਾ। ਇੱਕ ਮੇਰਾ ਪੁੱਤ ਬਣਿਆ, ਉਹ ਮੇਰੀ ਨੂੰਹ ਬਣੀ ਆ, ਮੈਂ ਜਦੋਂ ਵੀ ਆਉਣਾ ਬੜੇ ਪਿਆਰ ਨਾਲ ਮਿਲਦੇ ਹਾਂ। ਇੱਦਾਂ ਦਾ ਜੇ ਉਹਦੇ ਮਨ ਵਿੱਚ ਕੋਈ ਵੀ ਇਲਜ਼ਾਮ ਆ, ਮੈਨੂੰ ਸਬੂਤ ਇੱਕ ਦੇ ਦੇਵੇ, ਸਿਰ ਮੇਰਾ ਹੋਊਗਾ, ਤਲਵਾਰ ਉਹਦੀ ਹੋਊਗੀ। ਮੈਨੂੰ ਇਹਦੇ ਬਾਰੇ ਇੱਕ ਵੀ ਸਬੂਤ ਦੇ ਦੇਵੇ, ਹੈ ਨਾ, ਮੈਨੂੰ ਔਰਤ ਖੜੀ ਕਰ ਦੇਵੇ, ਹਾਂ ਠੀਕ ਆ, ਇਹਦੇ ਮੈਂ ਮੰਨਦਾ। 8,58,000 ਰੁਪਈਆ ਵਾ ਮੈਨੂੰ, ਪੈਸੇ ਦੇ ਕੇ ਕਿਸੇ ਨੂੰ ਕੰਜਰੀ ਨੂੰ ਖੜੀ ਕਰ ਦੂੰਗੀ ਤਾਂ ਮੈਂ ਕਹਿ ਨਹੀਂ ਸਕਦਾ।
ਉਹ ਬਾਬਾ ਜਾਣਦਾ। ਠੀਕ ਆ, ਮੈਂ ਇੰਨਾ ਬਿਆਨ ਕਰ ਸਕਦਾ। ਅਗਰ ਮੈਂ ਵਿਦੇਸ਼ਾਂ ਵਿੱਚ ਰਹਿੰਦਾ, ਮੈਂ ਵਿਦੇਸ਼ਾਂ ਤੋਂ ਪੈਸੇ ਵੀ ਭੇਜਦਾ ਇੱਥੇ ਲਈ, ਇੱਥੇ ਵੀ ਆਉਣਾ ਲਾ ਕੇ ਵੀ ਜਾਂਦਾ, ਪਰ ਇਹਦੀ ਬਦੌਲਤ ਪੁੱਤ ਬਣਿਆ ਇਹ, ਇੱਥੇ ਕੋਈ ਵੀ ਇਲਜ਼ਾਮ ਲਾਵੇ ਮੇਰਾ ਪਾਵਾਂ ਸਿਰ ਉੜ ਜਾ, ਮੈਂ ਪਿਛੜੂੰਗਾ। ਉਹ ਕੁਛ ਵੀ ਨਹੀਂ, ਇੱਦਾਂ ਦੇ ਇਲਜ਼ਾਮ ਨਹੀਂ ਇੱਦਾਂ ਲੱਗਦੇ ਹੁੰਦੇ, ਪੈਸੇ ਦੇ ਮੂੰਹ ਲਾ ਕੇ ਇਲਜ਼ਾਮ ਕਿਸੇ 'ਤੇ ਲਾਉਣਾ ਬਹੁਤ ਮਾੜੇ ਘਟਨਾ ਆ। ਇਹਨਾਂ ਦਾ ਪਹਿਲਾਂ ਵੀ ਕੇਸ ਚੱਲਦਾ ਉਹਦੀ ਅੜੀ ਦੇ ਵਿੱਚ ਆ ਕੇ, ਇਹਦੀ ਉਹਦੇ ਰਿਸ਼ਤੇਦਾਰਾਂ ਨੇ ਇਹ ਤੋਂ ਇਹ ਕੰਮ ਕਰਾਇਆ, ਪੈਸੇ ਦੇ ਮੂੰਹ ਲਾ ਕੇ ਪੈਸੇ ਚੋਰੀ ਹੋ ਗਏ। ਮੈਨੂੰ ਸਬੂਤ ਮਿਲਿਆ, ਜਾਂ ਮੈਨੂੰ ਉਹ ਸਬੂਤ ਦੇ ਦੇਵੇ, ਉਹ ਸਬੂਤ ਦੇ ਦੇਵੇ, ਪੈਸੇ ਕਿੱਥੇ ਆ, ਔਰਤ ਕਿਹੜੀ ਆ, ਕਿਹਦੇ ਨਾਲ ਬਾਬਾ ਮਾੜਾ, ਅਸੀਂ ਜ਼ਿੰਮੇਵਾਰ ਹਾਂ, ਅਸੀਂ ਬਾਬੇ ਨਾਲ ਸਮਝਾਂਗੇ, ਬਾਬਾ ਸਾਡੇ ਨਾਲ ਸਮਝੂਗਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜਿਹੜੀ ਖਬਰ ਦੀ ਅਸੀਂ ਸੂਹ ਲੈਣ ਆਏ ਸੀ, ਉਹਦਾ ਜਿਹੜਾ ਹੈਗਾ ਤੁਸੀਂ ਪਬਲਿਕ ਓਪੀਨੀਅਨ ਦੇਖ ਲਿਆ, ਸ਼ਰਧਾਲੂਆਂ ਦਾ ਓਪੀਨੀਅਨ ਦੇਖ ਲਿਆ। ਕੋਸ਼ਿਸ਼ ਕਰਦੇ ਹਾਂ ਕਿ ਗੇਟ 'ਤੇ ਜਾ ਕੇ, ਗੇਟ ਵੱਲ ਨੂੰ ਜਾਂਦੇ ਹਾਂ ਕਿ ਸਾਨੂੰ ਕੋਈ ਸ਼ਾਇਦ ਸ਼ਰਧਾਲੂ ਮਿਲੇ ਜਿਹਦੇ ਕੋਲੋਂ ਅਸੀਂ ਆਪਣੀ ਕੋਈ ਨਾ ਕੋਈ ਕਹਿ ਸਕਦੇ ਹਾਂ, ਕੋਈ ਗੱਲਬਾਤ ਕਢਾ ਸਕੀਏ ਕਿ ਡੇਰੇ ਦੇ ਵਿੱਚ ਕੀ ਹੁੰਦਾ ਕੀ ਨਹੀਂ, ਵਾਈਫ ਨੇ ਇਹਨਾਂ ਜਿਹਨੇ ਇਲਜ਼ਾਮ ਲਗਾਏ ਹੈਗੇ ਆ। ਸੋ ਆਪਾਂ ਦੇਖਦੇ ਹੈਗੇ ਹਾਂ। ਭਾਈ ਸਾਹਿਬ ਸਤਿ ਸ਼੍ਰੀ ਅਕਾਲ, ਕਿਹੜੇ ਪਿੰਡ ਆਉਂਦੇ? ਰੋਲੀ ਤੋਂ ਜੀ। ਡੇਰੇ ਦਾ ਕੀ ਹਾਲ ਹੈ, ਕਿੰਨੇ ਕੁ ਸਾਲਾਂ ਤੋਂ ਆ ਰਹੇ ਤੁਸੀਂ? ਡੇਰਾ ਜੀ ਅਸੀਂ ਤਾਂ ਉਦੋਂ ਤੇ ਆਉਂਦੇ ਹਾਂ ਜੀ ਜਦ ਡੇਰੇ ਕੁਛ ਵੀ ਨਹੀਂ ਸੀ, ਕੋਈ ਕਮਰਾ ਸੀਗਾ ਜੀ। ਓਕੇ ਓਕੇ। ਤੇ ਜਦ ਇਹ ਬਾਬਾ ਜੀ ਘੱਟੋ ਘੱਟ 9-10 ਸਾਲ ਹੋ ਗਿਆ ਜੀ, ਜਦ ਇਹ ਬਾਬਾ ਜੀ ਆਏ ਜਦ ਦਾ ਹੀ ਸਾਰਾ ਕੁਛ ਬਣਿਆ ਜੀ। ਪਹਿਲਾਂ ਕੁਛ ਇਹ ਆਪਾਂ ਛੱਡੀਏ, ਆਪਾਂ ਤੁਹਾਨੂੰ ਕਿਸ ਕਰਕੇ ਰੋਕਿਆ ਹੈਗਾ? ਹਾਂਜੀ, ਤੇ ਉਹ ਇੱਕ ਇਹਨਾਂ ਦੀ ਵਾਈਫ ਨਾਲ ਇੱਕ ਝਗੜਾ ਚੱਲਦਾ ਹਨਾ, ਇਹਨਾਂ ਦੀ ਵਾਈਫ ਨੇ ਇਲਜ਼ਾਮ ਲਗਾਏ ਆ ਕਿ ਬਾਬੇ ਕੋਲ ਬੀਬੀਆਂ ਬਹੁਤ ਆਉਂਦੀਆਂ। ਨਾ ਗਲਤ ਗੱਲ ਹੈ ਜੀ, ਅਸੀਂ ਨਹੀਂ ਅੱਜ ਤੱਕ ਦੇਖਿਆ, ਸਾਨੂੰ 10 ਸਾਲ ਹੋ ਗਏ, ਅਸੀਂ ਕਦੇ ਕੋਈ ਇਦਾਂ ਦਾ ਗਲਤ ਕੰਮ ਦੇਖਿਆ ਹੀ ਨਹੀਂ ਜੀ। ਕਿੱਦਾਂ ਕਹਿੰਦੇ ਜੀ, ਕਦੇ ਵੀ ਨਹੀਂ ਦੇਖਿਆ ਜੀ, ਕਦੇ ਕੋਈ ਮਾੜੀ ਮੋਟੀ ਨਹੀਂ, ਕਦੇ ਵੀ ਨਹੀਂ, ਸਾਡੇ ਘਰ ਵੀ ਆਉਂਦੇ ਜਾਂਦੇ ਨਹੀਂ, ਕਦੇ ਵੀ ਨਹੀਂ ਹੈ ਹੀ ਨਹੀਂ ਇਦਾਂ ਦਾ ਮਸਲਾ। ਤੁਹਾਡੇ ਫੈਮਿਲੀ ਇੱਥੇ ਆਉਂਦੇ ਆ? ਬਿਲਕੁਲ, ਭੈਣ ਤੋਂ ਬਿਨਾ ਕਦੇ ਬੁਲਾਉਂਦੇ ਨਹੀਂ, ਭੈਣ ਜੀ, ਮਾਤਾ ਜੀ, ਭੈਣ ਜੀ, ਬਸ ਆਹ ਹੀ, ਕਦੇ ਚਾਹੇ ਛੋਟਾ ਵੱਡਾ, ਭੈਣ ਜੀ ਤੋਂ ਬਿਨਾ ਕਦੇ ਬੁਲਾਉਂਦੇ ਹੀ ਨਹੀਂ ਉਹ। ਸੋ ਤੁਸੀਂ ਦੇਖ ਸਕਦੇ ਹੋ ਸ਼ਰਧਾਲੂ ਜਿਹੜੇ ਹੈਗੇ ਆ ਉਹਨਾਂ ਦੀ ਝੂਠ ਬੋਲਣ ਦੀ ਥੋੜੀ ਲੋੜ ਹੈ ਜੀ। ਡੇਰੇ ਤੇ ਆ ਕੇ ਅਸੀਂ ਕੱਲ ਝੂਠ ਬੋਲਣਾ ਠੀਕ ਨਹੀਂ, ਪਾਪਾਂ ਭਾਗੀ ਬਣਾਂਗੇ। ਬਿਲਕੁਲ ਨਹੀਂ, ਅਸੀਂ ਨਹੀਂ ਇਦਾਂ ਦਾ ਕੁਛ ਵੀ ਦੇਖਿਆ ਜੀ, ਕਦੇ ਗਲਤ ਗੱਲ ਆ ਇਹ। ਬਾਕੀ ਇਹਨਾਂ ਦਾ ਪਤਾ ਨਹੀਂ ਜੋ ਹੋਇਆ ਉਹ ਇਹਨਾਂ ਨੂੰ ਪਤਾ, ਪਰ ਇਹ ਗੱਲ ਗਲਤ ਆ, ਕੋਈ ਇਦਾਂ ਦਾ ਗਲਤ ਕੰਮ ਨਹੀਂ ਹੈਗਾ ਇੱਥੇ ਜੀ। ਮਤਲਬ ਇਹਨਾਂ ਦਾ ਝਗੜਾ ਅਲੱਗ ਆ? ਹਾਂਜੀ ਬਿਲਕੁਲ ਅਲੱਗ ਆ। ਡੇਰੇ ਦਾ ਮਸਲਾ ਜਿਹੜਾ ਹੈਗਾ ਉਹ ਅਲੱਗ ਆ। ਹਾਂਜੀ, ਸੋ ਔਰਤਾਂ ਵਾਲੀ ਗੱਲ ਡੇਰੇ ਤੇ ਤਾਂ ਭਾਜੀ ਇਦਾਂ ਹਰ ਇੱਕ ਬੰਦਾ ਆਉਂਦਾ ਜਾਂਦਾ, ਇਹ ਤਾਂ ਗਲਤ ਗੱਲਾਂ, ਜੇ ਕਿਸੇ ਨੂੰ ਐਵੇਂ ਸ਼ੱਕ ਦੀ ਨਿਗਾਹਾਂ ਨਾਲ ਦੇਖੀ ਜਾਵੇ, ਬਿਲਕੁਲ ਨਹੀਂ ਇਦਾਂ ਦੀ ਗੱਲ ਹੈਗੀ ਜੀ। ਸੋ ਤੁਸੀਂ ਦੇਖ ਸਕਦੇ ਹੋ ਫੈਸਲਾ ਸੰਗਤ ਨੇ ਕਰਨਾ। ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ, ਮੈਂ ਤੁਹਾਡਾ ਆਪਣਾ ਵੀਰ ਕਾਲਾ ਕਟਾਰੀਆ। ਠੀਕ ਹੈ ਜੀ ਜੀ। ਚੈਨਲ ਤੇ ਜਿਹੜੀ ਇੱਕ ਵੀਡੀਓ ਜਿਹੜੀ ਹੈਗੀ ਆ, ਉਹਨਾਂ ਦੀ ਵਾਈਫ ਵੱਲੋਂ ਕੁਝ ਇਲਜ਼ਾਮ ਲਗਾਏ ਗਏ ਨੇ, ਉਹਦੇ ਬਾਰੇ ਆਪਾਂ ਬਾਬਾ ਜੀ ਕੋਲੋਂ ਸਫਾਈ ਲੈਣ ਆਏ ਹੈਗੇ ਆ। ਇਹਨਾਂ ਦਾ ਕੀ ਕਹਿਣਾ ਆ, ਕੀ ਕਹਿਣਾ ਬਾਬਾ ਜੀ ਤੁਹਾਡਾ ਇਹਦੇ ਬਾਰੇ? ਦੇਖੋ ਜੀ, ਆਪਣਾ ਕੋਈ ਕਿਸੇ ਨਾਲ ਬੈਰ ਨਹੀਂ, ਨਾ ਕੋਈ ਆਪਾਂ ਇੱਦਾਂ ਦਾ ਕੋਈ ਰੰਜਿਸ਼ ਰੱਖਦੇ ਹਾਂ। ਮੇਰਾ ਝਗੜਾ 2019 ਦੇ ਸਾਡੇ ਕੇਸ ਚੱਲਦੇ ਆ ਆਪਣੇ, ਉਹਦੇ ਵਿੱਚ ਨਾ ਰਾਜੀਨਾਮੇ ਕਰਾ ਦਿੱਤੇ ਸੀ ਆਪਣੇ, ਇਹਨੇ ਆਪਣੇ ਦਿੱਲੀ ਉਹ ਕੇਸ ਵਾਪਸ ਲਿਆ ਸੀ। ਔਰ ਆਪਾਂ ਸਹੁੰ ਖਾਧੀ, ਅੱਜ ਵੀ ਕਹਿੰਦੇ ਹਾਂ ਵੀ ਆਪਾਂ ਵੀ ਇਹਨੂੰ ਕਿਹਾ ਵੀ ਬੰਦ ਕਰਾਉਂਗੇ। ਠੀਕ ਹੈ ਜੀ, ਆਪਾਂ ਕਿਹੜਾ ਵਿਰੋਧ ਕਰਾਉਣਾ ਇੱਥੇ, ਜਾਂ ਕੋਈ ਇਹਦੇ ਵਿੱਚ ਕਿਹੜਾ ਕੋਈ ਕਿਸੇ ਨੇ ਕੁਝ ਜਿੱਤਿਆ? ਜਿਹੜੇ ਕੇਸ ਆ ਉਹ ਤੁਹਾਡੀ ਵਾਈਫ ਨਾਲ ਹੀ ਚੱਲਦਾ? ਹਾਂਜੀ ਹਾਂਜੀ, ਵਾਈਫ ਨਾਲ ਚੱਲਦੇ ਸੀ। ਅਤੇ ਉਹ ਹੁਣ ਕੇਸਾਂ ਦੀ ਪੈਂਦੀ ਸੀ ਤਰੀਕ, ਅਤੇ ਸ਼ੁੱਕਰਵਾਰ ਨੂੰ ਤਰੀਕ ਸੀਗੀ। ਵਕੀਲ ਸਾਹਿਬ ਦਾ ਮੈਨੂੰ ਫੋਨ ਆਇਆ, ਮੈਂ ਇਹਨੂੰ ਕਿਹਾ ਬਈ
ਦੇਖੋ ਅਰਜੈਂਟਲੀ ਜਾਣਾ ਪੈਣਾ, ਹੋ ਸਕਦਾ ਤੈਨੂੰ ਬਿਆਨ ਦੇਣੇ ਪਵੇ ਜੱਜ ਸਾਹਿਬ ਮੂਹਰੇ, ਹੈ ਨਾ, ਸਾਡੇ ਕਿਹੜਾ ਘਰ ਦਾ ਕਾਨੂੰਨ ਆ ਵੀ ਅਸੀਂ ਆਪਣੀਆਂ ਮਰਜ਼ੀਆਂ ਕਰੀਏ। ਇਹ ਕਹਿੰਦੀ ਵੀ ਮੈਂ ਨਹੀਂ ਜਾਣਾ ਮੂਹਰੇ, ਕਹਿੰਦੀ ਮੇਰੀ ਜਾਂਦੀ ਜੁੱਤੀ, ਠੀਕ ਹੈ ਜੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਵੀ ਜੇ ਤੂੰ ਨਹੀਂ ਜਾਣਾ ਤਾਂ ਫਿਰ ਤੇਰੇ ਵਾਸਤੇ ਗੱਲ ਮਾੜੀ ਆ। ਫਿਰ ਇਹਨੇ ਕੀ ਕੀਤਾ, ਸ਼ੁੱਕਰਵਾਰ ਨੂੰ ਇਹ ਗੱਲ ਹੋਈ, ਸ਼ਨੀਵਾਰ ਨੂੰ ਇਹਦੇ ਕੋਲ ਪੈਸੇ ਸੀਗੇ, ਪਏ ਮੇਰੇ ਕੋਲ, ਮੈਂ ਉਹਨੂੰ ਕੋਲ ਪੈਸੇ ਫੜਾਏ ਸੀਗੇ। ਮੈਂ ਇੱਥੇ ਬਾਬਿਆਂ ਦੀ ਕਸਮ ਖਾ ਕੇ ਕਹਿੰਦਾ, ਜੇ ਮੈਂ ਝੂਠ ਬੋਲਾਂ ਤਾਂ ਮੈਂ ਇੱਥੇ ਰਹਾਂ ਨਾ ਇੱਕ ਮਿੰਟ ਵੀ। ਦੇਖੋ ਜੀ, ਮੈਂ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ, ਅਤੇ ਆਪਣੇ 6.5 ਲੱਖ ਦਾ ਟਰੈਕਟਰ ਦਾ ਮੈਨੂੰ ਰੁਪਈਆ ਸੀ, ਪਰ ਜ਼ਿਆਦਾ ਤਾਂ ਵੇਚਿਆ ਸੀ ਮੈਂ 6.5 ਲੱਖ, ਉਹਦੇ ਵਿੱਚ ਮੈਂ 50,000 ਖਰਚਿਆ, ਤੈਨੂੰ 8,49,000 ਰੁਪਈਆ ਇਹਦੇ ਕੋਲ ਸੀਗਾ, 1,000 ਰੁਪਈਆ ਮੈਂ ਛੱਡਿਆ ਸੀ ਉਹਨਾਂ ਨੂੰ, 8,49,000 ਰੁਪਈਆ ਇਹਨੂੰ ਲੈ ਕੇ ਕੀ ਕੀਤਾ, ਮੇਰੇ ਤੋਂ ਰੱਖਿਆ, ਤਾਂ ਇਹਨੇ ਮੈਨੂੰ ਨਹੀਂ ਦੱਸਿਆ ਕਿੱਥੇ ਗਿਆ। ਮੈਂ ਬਾਬੇ ਦੀ ਕਸਮ ਕਰ, ਮੇਰੇ ਡੇਰੇ 'ਚੋਂ 1 ਰੁਪਈਆ ਵੀ ਕੱਢ ਦਿਓ, ਹਾਂ ਵੀ ਕੋਈ ਕਿਸੇ ਨੂੰ ਮੈਂ ਦਿੱਤਾ ਸਾਬਤ ਕਰ ਦੇਵੇ, ਜਾਂ ਮੈਂ ਉਹਦੀ ਕੋਈ ਚੀਜ਼ ਲਈ ਹੋਵੇ ਤਾਂ ਮੈਂ ਉਹਦੀ ਜੁੱਤੀ 'ਚ ਪਾਣੀ ਭੇਜੂੰਗਾ, ਠੀਕ ਹੈ ਜੀ, ਉਹਦੀ ਜੁੱਤੀ ਹੋਊਗੀ ਮੇਰਾ ਸਿਰ ਹੋਊਗਾ। ਇਹਨੇ ਕੀ ਕੀਤਾ, ਕੱਲ੍ਹ ਆ ਗਿਆ ਉਹ ਕਿਤੇ, ਜਿੱਦਾਂ ਹੁਣ ਆਪਾਂ ਉਹਦਾ ਲਾਉਂਦੇ ਸੀਗੇ ਅਨੁਮਾਨ ਲੰਗਰ ਹਾਲ ਬਣਾਉਣੇ ਦਾ, ਠੀਕ ਹੈ ਜੀ, ਕਿਉਂ ਉਹ ਲੰਗਰ ਹਾਲ 'ਤੇ ਪੈਸੇ ਵਰਤਣੇ ਸੀ, ਮੇਰਾ ਪਹਿਲਾਂ ਹੀ ਦੁਆਰਾ ਸੀਗਾ, ਟੀਚਾ ਹੈਗਾ ਵੀ ਪੈਸੇ ਜਿਹੜੇ ਲੰਗਰ ਹਾਲ 'ਤੇ ਲਾਉਣੇ। ਇਹਨੇ ਕੀ ਕੀਤਾ, ਆਪਣੇ ਇਹਨੂੰ ਮੈਂ ਇਹ ਗੱਲ ਕਹੀ, ਮੈਂ ਕਿਹਾ ਵੀ ਦੇਖ ਉਹ ਕਿਦੋਂ ਕੁਦਰਤੀ ਆ ਗਿਆ ਮੁੰਡਾ JCB ਵਾਲਾ, ਮੈਂ ਕਿਹਾ ਵੀ ਤੂੰ ਕੱਕੇ ਵੀ ਨਹੀਂ ਆ ਕੱਟਣੀਆਂ ਭਾਅ ਜੀ, ਉਹ ਕਹਿੰਦਾ ਕੋਈ ਨਹੀਂ ਬਾਬਾ ਜੀ ਜਦੋਂ ਘੁੰਮਦੋ ਆ ਜਾਣਾ, ਮੈਨੂੰ 2 ਦਿਨ ਟਾਈਮ ਨਹੀਂ ਹੈਗਾ। ਉਹ ਤੋਂ ਬਾਅਦ ਜਾ ਗਿਆ ਸਰੀਆ ਵਾਲਾ, ਉਹ ਕਹਿੰਦਾ ਬਾਬਾ ਜੀ ਇੱਦਾਂ ਕਰੋ ਤੁਸੀਂ ਸਰੀਆ ਵੀ ਨਾਲੇ ਲੈ, ਆਪਾਂ ਕਿਹੜਾ ਉੱਥੇ ਘੜੀ ਘੜੀ ਪਸ਼ੂਆਂ ਨੇ ਕਦੇ ਪੂਰ ਦੇਣੀ ਆ ਕਦੇ ਕੁਛ ਕਰ ਦੇਣੀ, ਉਹ ਕਹਿੰਦਾ ਵੀ ਆਪਾਂ ਪਿੱਲਰ ਵੀ ਭਰ ਦੋਂਗੇ ਜੀ ਇਹਨੂੰ। ਮੈਂ ਕਿਹਾ ਵੀ ਲਿਆ ਪੈਸੇ ਲਿਆ 2 ਲੱਖ ਰੁਪਈਆ ਵੀ ਸਰੀਆ ਲਿਆਉਣਾ, ਇਹਨੂੰ ਮੈਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਉੱਤੋਂ ਮੈਨੂੰ ਇਹਨੇ ਗੱਲ ਇਹ ਕਹੀ, ਕਹਿੰਦੇ ਪੈਸੇ ਕੋਈ ਨਹੀਂ, ਕਹਿੰਦੀ ਮੈਂ ਕਿਹੜੀ ਕਦੇ ਦੌੜੀਓ ਹਾਂ। ਚਲੋ ਜੀ, ਮੈਂ ਕਿਹਾ ਵੀ ਗੱਲ ਸੁਣੋ ਵੀ ਬੰਦਿਆਂ 'ਚ ਬੇਇੱਜ਼ਤੀ ਨਹੀਂ ਹੁੰਦੀ, ਹੁਣ ਜਦ ਜਿਹੜਾ ਹੁਣ ਕੰਮ ਕਰਨਾ ਅਗਲੇ ਨੂੰ ਕਿਹਾ, ਹੁਣ ਘੜੀ ਘੜੀ ਕੋਈ ਸਾਡੇ ਕਿਹੜਾ ਵੀ ਨੌਕਰ ਆ, ਕਿਉਂ ਜੀ ਇਹ ਤਾਂ ਪਿਆਰ ਨਾਲ ਕਹਿ ਸਕਦੇ, ਰਿਕੁਐਸਟ ਕਰ ਸਕਦੇ ਇਹਨੂੰ। ਇਹਨੇ ਕੀ ਕੀਤਾ, ਆਪਣੋਂ ਜਦੋਂ ਇਹ ਹੋ ਗਿਆ ਤਾਂ ਬਾਅਦ ਵਿੱਚ ਚਲੋ ਹੋਈ ਆ ਤੂੰ ਤੂੰ ਮੈਂ ਆਪਾਂ ਨਹੀਂ ਕਹਿੰਦੇ ਝੂਠ ਨਹੀਂ ਬੋਲਦਾ, ਪਰ ਰੱਬ ਨੂੰ ਜਾਣ ਦੇਣੀ, ਠੀਕ ਹੈ ਜੀ। ਇਹ ਡਿੱਗੀ ਆ ਰਸੋਈ ਦੇ ਵਿੱਚ, ਉੱਥੇ ਡਿੱਗਿਆ ਸੀ ਕਾੜਾ ਪਸ਼ੂਆਂ ਦਾ ਜਿੱਦਾਂ ਚਿਕਨਾਹਟ ਹੁੰਦੀ ਉਹਦੇ ਵਿੱਚ, ਹੈ ਨਾ, ਬਣਾਉਣ ਲੱਗੇ ਤਾਂ ਡਿੱਗ ਪਿਆ, ਉੱਥੇ ਚੱਕਣ ਲੱਗਿਆ ਥੋੜ੍ਹਾ, ਉਹਦੇ ਵਿੱਚ ਡਿੱਗੀ ਵੀ, ਇੱਕ ਵਾਰੀ ਨਹੀਂ 2 ਵਾਰ ਡਿੱਗੀ, ਉਹਦੇ ਸੱਟਾਂ ਲੱਗੀਆਂ। ਫਿਰ ਇਹਨੇ ਕੀ ਕੀਤਾ, ਉੱਥੇ ਜਾ ਕੇ ਕਹਿੰਦੀ ਮੈਂ ਪੈਸੇ ਲੈ ਕੇ ਉਹਨੂੰ ਉੱਥੇ ਐਡਮਿਟ ਹੋ ਗਏ। ਜਦੋਂ ਐਡਮਿਟ ਹੋ ਗਈ ਤਾਂ ਮੈਨੂੰ ਉੱਥੇ ਸਾਡੇ ਕੁੜੀ ਸੰਗਤ ਦੀ, ਉਹਨੇ ਕਹਿੰਦਾ ਬਾਬਾ ਜੀ ਇੱਧਰ ਤੁਹਾਡੇ ਘਰ ਵਾਲੀ ਤੁਹਾਡੇ ਖਿਲਾਫ਼ ਐਡਮਿਟ ਹੋਈ ਹੋਈ, ਅਸੀਂ ਜਦ ਕਿ ਉੱਥੇ ਰਿਪੋਰਟ ਦੇਣ ਚੱਲੇ ਵੀ ਸਾਡੇ ਇੰਨੇ ਪੈਸੇ ਲੈ ਗਏ ਆਏ। ਹੁਣ ਤੁਸੀਂ ਦੱਸੋ ਵੀ 8 ਲੱਖ ਰੁਪਈਆ ਥੋੜ੍ਹਾ ਹੁੰਦਾ ਜੀ, 8,49,000 ਰੁਪਏ ਉਹਦੇ ਵਿੱਚੋਂ 1,000 ਕੱਢਿਆ, ਆਪਾਂ ਝੂਠ ਨਹੀਂ ਬੋਲਦੇ, ਠੀਕ ਹੈ ਜੀ। ਔਰ ਮੈਂ ਬਾਬਿਆਂ ਦੀ ਇਸ ਚੀਜ਼ ਦੀ ਕਸਮ ਖਾ ਜਾਊਂਗਾ ਜੇ ਮੈਂ ਇੱਥੇ, ਮੈਂ ਉਹ ਬੰਦੇ ਲਾਉਂਗਾ ਜਿਨ੍ਹਾਂ ਨੂੰ ਵੇਚਿਆ, 2 ਹੀ ਬੰਦੇ ਲਾਉਂਗਾ ਜੀ। ਚਲੋ, ਇਹ ਫੈਮਿਲੀ ਡਿਸਪਿਊਟ ਹੈ ਤੁਹਾਡਾ, ਇਹਦੇ ਵਿੱਚ ਕਸਮਾਂ ਖਾਣ ਦੀ ਜ਼ਰੂਰਤ ਨਹੀਂ ਹੈਗੀ। ਸੋ ਉਹਦੇ ਤਾਂ ਮਤਲਬ ਜਿਹੜਾ ਉਹਨਾਂ ਨੇ ਇਲਜ਼ਾਮ ਲਗਾਏ ਹੈਗੇ ਆ, ਆਪਾਂ ਤਾਂ ਉਹਨਾਂ ਦਾ ਤੁਹਾਡੇ ਕੋਲੋਂ ਜਵਾਬ ਮੰਗ, ਉਹਨਾਂ ਨੇ ਕਿਹਾ ਕਿ ਮੇਰੇ ਚਿਮਟੇ ਵਗੈਰਾ ਮਾਰੇ ਹੈਗੇ ਆ, ਉਹਦਾ ਤੁਹਾਡੇ ਕੋਲ ਕੀ ਜਵਾਬ ਹੈਗਾ? ਦੇਖੋ ਜੀ, ਚਿਮਟੇ ਮੇਰਾ ਪਹਿਲਾਂ ਕੇਸ ਚੱਲਦਾ ਆਲਰੇਡੀ, ਮੈਨੂੰ ਚਿਮਟੇ ਮਾਰਨੇ ਦੀ ਕੀ ਲੋੜ ਆ? ਦੱਸੋ ਕੋਈ ਜੱਜ ਹਰ ਕਿਹੜਾ ਬੰਦਾ ਬੇਵਕੂਫ ਹੋਊਗਾ, ਅਨਪੜ੍ਹ ਤੋਂ ਅਨਪੜ੍ਹ ਬੰਦਾ ਮੈਨੂੰ ਮਾਰੂਗਾ? ਇਹਨਾਂ ਦਾ ਕਹਿਣਾ ਹੈ ਕਿ ਸਾਡਾ ਕੁਛ ਦਿਨਾਂ ਤੇ ਦੋ ਚਾਰ ਦਿਨਾਂ ਬਾਅਦ ਸਾਡੀ ਤਾਰੀਖ ਸੀ, ਅਸੀਂ ਜੱਜ ਸਾਹਿਬ ਦੇ ਪੇਸ਼ ਹੋਣਾ ਸੀਗਾ। ਅਸੀਂ ਉਹ ਪੇਸ਼ ਹੋਣ ਦੀ ਸਲਾਹ ਮਸ਼ਵਰਾ ਕਰਨ ਦੇ ਵਿੱਚ ਇਹਨਾਂ ਦੀ ਉਹਨਾਂ ਨੇ ਨਾ ਕਰਤੀ, ਥੋੜ੍ਹੀ ਤੂੰ ਮੈਂ ਹੋ ਗਈ, ਜਿਹੜਾ ਮੇਨ ਵਿੱਚੋਂ ਨਿਕਲ ਕੇ ਗੱਲ ਆਉਂਦੀ ਆ ਸਾਹਮਣੇ, ਹੈ ਨਾ। ਦੂਸਰੀ ਗੱਲ ਜਿਹੜੀ ਆ ਉਹ ਪੈਸਿਆਂ ਦੀ, ਪੈਸੇ ਜਿਹੜੇ ਹੈਗੇ ਆ ਉਹਦੇ ਬਾਰੇ ਇਹ ਬਾਬਾ ਜੀ ਹੁਣਾਂ ਨੇ ਉਹਨਾਂ ਤੇ ਇਹ ਬਲੇਮ ਲਗਾਇਆ ਕਿ ਮਸਲਾ ਪੈਸਿਆਂ ਦਾ ਆ, ਨੋਟ ਕੀ ਕੁੱਟ ਮਾਰਦਾ, ਜਿਹੜੀਆਂ ਬੀਬੀ ਨੇ ਇਲਜ਼ਾਮ ਲਗਾਇਆ ਹੈ, ਠੀਕ ਨੇ, ਕਿ ਇੱਥੇ ਡੇਰਿਆਂ 'ਚ ਬੀਬੀਆਂ ਵਗੈਰਾ ਵੀ ਇਹਨਾਂ ਕੋਲ ਆਉਂਦੀਆਂ ਹੈਗੀਆਂ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਬੀਬੀਆਂ ਦੇ ਇੱਥੇ ਲਿਖ ਕੇ ਲਾ ਦੇਵੇ, ਬੀਬੀਆਂ ਨਾ ਆਉਣ, ਬੰਦੇ ਆਉਣ। ਹਾਂਜੀ, ਬੀਬੀਆਂ ਕਿਹੜੇ ਡੇਰੇ ਨਹੀਂ ਜਾਂਦੀਆਂ? ਦੱਸੋ, ਬੰਦਾ ਕਿਤੇ ਗਲਤ ਹੋ ਜਾਂਦਾ ਭਾਅ ਜੀ? ਮੈਂ ਆਲਰੇਡੀ ਬੱਚਿਆਂ ਵਾਲਾ ਆ, ਮੈਂ ਕੋਈ ਕੰਮ ਕਰੂੰਗਾ? ਫਿਰ ਦੂਜੀ ਗੱਲ ਹੈਗੀ, ਇਹ ਮੇਰੀ ਸਾਲੀ ਆ, ਉਹ ਰੱਖੀ ਹੋਈ ਨਹੀਂ ਗਾਲਾਂ ਕੱਢਣੇ ਨੂੰ,
ਬਾਬਾ ਜੀ ਭਾਵਕ ਹੋ ਗਿਆ ਥੋੜ੍ਹਾ ਜਿਹਾ, ਦੂਸਰਾ ਥੋੜ੍ਹਾ ਜਿਹਾ ਧੈਰਜ ਨਾਲ ਗੱਲ ਕਰੋ ਤੁਸੀਂ। ਫੈਮਿਲੀ ਡਿਸਪਿਊਟ ਆ, ਦੁੱਖ ਤਾਂ ਲੱਗਦਾ ਹੀ ਆ ਸਭ ਨੂੰ, ਸਭ ਨੂੰ ਦੁੱਖ ਲੱਗਦਾ, ਅਕਸਰ ਪਰਿਵਾਰ ਆ, ਪਰਿਵਾਰ ਜਦੋਂ ਟੁੱਟਦਾ ਸਭ ਨੂੰ ਦੁੱਖ ਲੱਗਦਾ ਹੈ। ਸੋ ਜਿਹੜੇ ਇਹੋ ਜਿਹੇ ਇਲਜ਼ਾਮ ਹੈਗੇ ਆ ਉਹਨਾਂ ਨੂੰ ਪਰੂਫ ਕਰਨਾ ਵੀ ਕਈ ਵਾਰੀ ਬਹੁਤ ਔਖਾ ਹੋ ਜਾਂਦਾ, ਲਾਉਣ ਇਲਜ਼ਾਮ ਤਾਂ ਲੱਗ ਜਾਂਦੇ ਆ। ਉਹਦੇ ਬਾਰੇ ਅਸੀਂ ਤੁਹਾਡੇ ਕੋਲ ਸਫਾਈ ਜਿਹੜੀ ਚਾਹੁੰਦੇ, ਥੋੜ੍ਹੀ ਜਿਹਾ ਧੀਰਜ ਰੱਖ ਕੇ ਆਰਾਮ ਨਾਲ, ਆਪਣੇ ਕੋਲ ਬਹੁਤ ਸਮਾਂ ਹੈ। ਮੈਂ ਤਾਂ ਕਹਿੰਦਾ ਜੀ ਮੈਂ ਕਿਸੇ ਜਨਾਨੀ ਨਾਲ ਗਲਤ ਹਾਂ, ਮੈਂ ਉਹਦੀ ਜੁੱਤੀ 'ਚ ਪਾਣੀ ਪੀਊਂਗਾ? ਦੱਸੇ ਮੇਰੇ 'ਤੇ ਕਿਹੜਾ ਐਲੀਗੇਸ਼ਨ ਆ, ਕਿਹੜਾ ਮੇਰੇ 'ਤੇ ਪਰਚਾ, ਕਿਹੜੀ ਜਨਾਨੀ ਨੇ ਪਾਇਆ? ਦੂਜੀ ਗੱਲ ਹੈਗੀ ਇਹ, ਦੇਖੋ ਮਾਲਕ ਨੂੰ ਜਾਣ ਦੇਣੀ, ਮੈਂ ਨਹੀਂ ਕਹਿੰਦਾ ਸਹੀ ਬੰਦਾ ਕਿੰਨਾ ਕੁ ਚੜ੍ਹ ਜਾਓ, ਇੱਥੇ 40 ਬੁਲਟ ਚੜ੍ਹ ਚੁੱਕੇ ਜੀ ਹੁਣ ਤੱਕ 40, ਜੇ ਮੈਂ ਉੱਦਾਂ ਦੇ ਕੋਈ ਸਾਈਕਲ ਵੀ ਚੜ੍ਹਾਉਣਾ 6ਵਾਂ ਟਰੈਕਟਰ ਆ ਗਿਆ। ਦੂਜੀ ਗੱਲ ਗਾਹਾਂ ਫਿਰ ਇੱਦਾਂ ਹੀ ਹੈ, ਹੈਂ ਅਸੀਂ ਇੱਦਾਂ ਦੇ ਕੰਮ ਕਰਕੇ ਜੀਰੋ ਹੋਊਂਗੇ ਮਿੰਟ ਦੇ ਵਿੱਚ? ਦੂਜੀ ਇਹਨੂੰ ਚਲੋ ਬਹੁਤ, ਆਹ ਮੇਰੀ ਸਾਲੀ ਆ, ਇਹਨੂੰ ਗਾਲਾਂ ਕੱਢਣ ਨੂੰ ਰੱਖਿਆ ਉਹਨੇ, ਗਾਲਾਂ ਕੱਢਣ ਨੂੰ। ਉੱਦਣ ਅਸੀਂ ਹੋਸਪਿਟਲ ਦੀ ਖਬਰ ਲੈਣ ਗਏ, ਕੱਲ੍ਹ ਮੈਨੂੰ ਬਾਬਾ ਜੀ ਨੇ ਫੋਨ ਕੀਤਾ ਸੀ, ਮੇਰੇ ਗੁਰ ਭਾਈ ਆ, ਮੈਂ ਉਹਨਾਂ ਦਾ ਕਦੇ ਕਹਿਣਾ ਨਹੀਂ ਮੁੜ ਸਕਦਾ, ਮੇਰੇ ਬਾਪੂ ਜੀ ਦਾ ਫੋਨ ਆਇਆ, ਉਹਨਾਂ ਦਾ ਮੈਂ ਕਹਿਣਾ ਨਹੀਂ ਮੁੜ ਸਕਦਾ। ਮੈਂ ਕਿਹਾ ਚੱਲ ਠੀਕ ਆ, ਮੈਂ ਬਾਪੂ ਜੀ, ਮੈਂ ਉਹਨਾਂ ਮੁਹਰੇ ਸਾਡੀ ਇਕਾਤ ਨਹੀਂ ਗੱਲ ਕਰਨੇ ਦੀ, ਕੋਈ ਸਾਡੇ ਗੁਰ ਭਾਈ ਕੁਛ ਵੀ ਆ, ਉਹ ਕਹਿੰਦੇ ਤੂੰ ਸੋਨੂੰ ਲੈ ਕੇ ਆ। ਮੈਂ ਕਿਹਾ ਉੱਤੋਂ ਇਹਨੂੰ ਉੱਥੇ ਪ੍ਰੋਜੈਕਟ ਬਣਾ ਲਿਆ ਜੀ, ਗੇਟ ਦੇ ਵਿੱਚ ਦੇਖੋ ਤੁਸੀਂ ਕਿੱਦਾਂ ਉੱਥੇ ਹੱਥੋਂ ਪਾਈ, ਅਸੀਂ ਵੀ ਕਰ ਸਕਦੇ, ਪਰ ਮੈਂ ਇੱਦਾਂ ਨਹੀਂ, ਮੈਂ ਅੱਜ ਤੱਕ ਕਿਸੇ ਨੂੰ ਕੋਈ ਕਹਿ ਦੇਵੇ ਔਰਤ ਨੂੰ ਕਿਸੇ ਨੂੰ ਵੀ ਗਲਤ ਬੋਲਿਆ, ਜਾਂ ਮੈਂ ਕੋਈ ਕਿਸੇ ਦੇ ਰੂਟ ਦੀ ਮੇਰੇ ਕਿਸੇ ਕੋਲ ਰਿਕਾਰਡਿੰਗ ਹੋਵੇ, ਜਾਂ ਮੇਰਾ ਕੋਈ ਵੀਕ ਪੁਆਇੰਟ ਹੋਵੇ, ਮੈਂ ਉਹਦੇ ਜੁੱਤੀ 'ਚ ਪਾਣੀ ਪੀਊਂਗਾ ਸਰ। ਕਹਿੰਦਾ ਮਤਲਬ ਜਦੋਂ ਤੁਸੀਂ ਉੱਥੋਂ ਆਏ ਆ, ਤੁਸੀਂ ਇੱਕ ਔਰਤ ਦੀ ਮਨਸ਼ਾ ਤੱਕੇ ਵੀ ਕੋਈ ਬਲੇਮ ਨਾ ਕਰਦੇ, ਤੁਸੀਂ ਉੱਥੋਂ ਆਏ ਬਾਅਦ ਨਿਕਲੇ ਆ, ਜਦੋਂ ਉਹ ਵੀਡੀਓ ਚੱਲਦੀ ਆ ਕਿ ਜਦੋਂ ਤੁਸੀਂ ਕਾਰ ਦੇ ਵਿੱਚ ਬੈਠ ਕੇ ਜਾਣ ਦੀ ਕੋਸ਼ਿਸ਼ ਕਰਦੇ ਆ, ਉਹਦਾ ਤੁਹਾਡਾ ਜਵਾਬ ਇਹ ਆ ਕਿ ਅਸੀਂ ਕੋਈ ਔਰਤ ਬਲੇਮ ਨਾ ਲਗਾ ਦੇਈਏ? ਹਾਂ ਦੇਖੋ ਜੀ, ਰਾਤੀ ਹਮਲਾ ਕਰਾਇਆ ਮੇਰੇ ਤੇ, 10:30 ਹਮਲਾ, ਇਹਦੀ MRR ਵੀ ਕੀਤੀ ਦਿੱਤੀ, ਮੈਂ ਉਹਦਾ SHO ਸਾਹਿਬ ਨੂੰ ਮਿਲ ਗਿਆ, ਚਲੋ ਬਹੁਤ ਵਧੀਆ ਇਨਸਾਨ ਆ SHO ਸਾਹਿਬ, ਮੈਂ ਕਹਿੰਦਾ ਮਾਲਕ ਲੰਬੀ ਉਮਰ ਕਰੇ, ਬਹੁਤ ਜ਼ਿਆਦਾ ਵਧੀਆ, ਉਹਨੇ ਕੋਈ ਗਲਤ ਸੁਝਾਅ ਨਹੀਂ ਦਿੱਤਾ ਮੈਨੂੰ, ਬਹੁਤ ਜਾਣੀ ਮੈਂ ਉਹਨਾਂ ਦੇ ਮਾਲਕ ਦੇ ਅੱਗੇ ਫਰਿਆਦ ਕੀਤੀ। ਮੈਂ ਕਿਹਾ ਚਲੋ ਕੋਈ ਨਹੀਂ, ਪਹਿਲਾਂ ਤੁਸੀਂ ਦੱਸੋ ਵੀ ਇਹਨਾਂ ਕੋਲ ਜਨਾਨੀਆਂ ਦਾ ਹੀ ਰਹਿੰਦਾ, ਕੋਈ ਬਾਬਾ ਫਸ ਜਾਂਦਾ ਕਿਤੇ, ਸਾਰੇ ਬਾਬੇ ਇੱਕੋ ਜਿਹੇ ਹੁੰਦੇ ਭਾਅ ਜੀ, ਕੋਈ ਨਹੀਂ ਰੱਬ ਦਾ ਧੱਕਿਆ ਆ, ਇਹ ਕੋਈ ਨਹੀਂ ਸਾਡੇ ਖਿਲਾਫ਼ ਕੀ, ਸਾਨੂੰ ਕਿੱਥੋਂ ਜੀਰੋ ਕਰ ਦਿਓ, ਕਹਿੰਦੇ ਰੋਕਣਾ ਰੋਕ ਲੈਣਾ, ਮੈਂ ਨਹੀਂ ਇਸ ਚੀਜ਼ ਦੀ ਪਰਵਾਹ ਕਰਦੇ, ਨਾ ਸਾਨੂੰ ਲੋੜ ਆ, ਕਿਉਂ ਸਾਨੂੰ ਪਤਾ ਅਸੀਂ ਸਹੀ ਹਾਂ। ਬਾਕੀ ਜੇ ਆਪਾਂ, ਮੈਂ ਮੰਨਦਾ ਵੀ ਚਲੋ ਪਹਿਲਾਂ ਕਦੇ, ਮੈਂ ਵਿਆਹ ਤੋਂ ਪਹਿਲਾਂ ਚਲੋ ਕਿਤੇ ਛੋਟੀ ਉਮਰ 'ਚ ਬਥੇਰੀਆਂ ਕੁਛ ਕਰਦੀਆਂ, ਜੇ ਮੈਂ ਕਹਾਂ ਦੁੱਧ ਧੋਤਾ, ਮੈਂ ਦੁੱਧ ਧੋਤਾ ਵੀ ਨਹੀਂ ਕਹਿੰਦਾ ਆਪਣੇ ਆਪ ਨੂੰ, ਪਰ ਗੱਲ ਹੈਗੀ ਇਹ, ਇਹਨਾਂ ਕੋਲ ਅਖੀਰ ਇਹ ਹੀ ਹੁੰਦਾ ਜੀ, ਇੱਥੇ ਜਨਾਨੀਆਂ ਆਉਂਦੀਆਂ, ਇੱਥੇ ਬੁਲਾਉਣ ਪੁੱਛ ਕਿਹੜੀ ਜਨਾਨੀ ਫੜੀ, ਵੀ ਤੂੰ ਕੀ ਕਰਦੀਆਂ ਜੇ ਇੱਥੇ ਜਨਾਨੀਆਂ ਆਉਂਦੀਆਂ ਤਾਂ? ਮਤਲਬ ਤੁਸੀਂ ਇਸ ਗੱਲ ਦਾ ਸਬੂਤ ਮੰਗਦੇ ਉਹਨਾਂ ਕੋਲੋਂ? ਹਾਂਜੀ, ਦਿਓ ਤੋਗਾ ਸਬੂਤ ਜੀ, ਸਬੂਤ ਦਿਓ ਮੈਨੂੰ, ਕਿਹੜੀ ਜਨਾਨੀ ਮੈਂ ਗਲਤ ਆ, ਕਿਹੜੀ ਜਨਾਨੀ ਦਾ ਮੈਨੂੰ ਫੋਨ ਆਉਂਦਾ, ਕਿਹੜੀ ਜਨਾਨੀ ਮੇਰੇ ਤੇ ਐਲੀਗੇਸ਼ਨ ਲਾਇਆ, ਦੱਸੋ ਕਿੰਨਾ, ਇੱਕ ਦਿਨ ਬੰਦਾ ਰਹਿ ਜਾਓ, 15 ਸਾਲ ਰਹਿ ਜਾਊਗਾ ਬੰਦਾ ਤੁਹਾਡੇ? ਬਾਕੀ ਦੇਖੋ ਜੀ, ਇਹਦੇ 3 ਵਿਆਹ ਹੋਏ, 3 ਦੇ ਮੇਰੇ ਕੋਲ ਸਬੂਤ ਆ, 3 ਆਓਗੇ, 3 ਜਗ੍ਹਾ ਨੇ ਕੰਜਰਖਾਨਾ ਕੀਤਾ, ਇੱਕ ਜਗ੍ਹਾ ਵੀ ਕੋਈ ਇਦਾਂ ਦੀ ਜਿੱਥੇ ਛਤਰ ਪਤਾ ਨਹੀਂ, ਜਿੱਥੇ ਕੇਸ ਨਹੀਂ ਹੋਏ, ਇਹਨਾਂ ਲੋਕਾਂ ਨੂੰ ਘਰ ਵੇਚ ਕੇ ਪੈਸੇ ਦੇਣੇ ਪਏ ਇਹਨਾਂ ਨੂੰ। ਬਾਕੀ ਤੁਸੀਂ ਆਪ ਸਿਆਣੇ, ਪਰ ਆਪਾਂ ਇੱਦਾਂ ਦੀ ਕੋਈ ਗੱਲ ਨਹੀਂ, ਨਾ ਆਪਾਂ ਇਹਨੂੰ ਕਦੀ ਚਿਤਾ ਰਿਹਾ, ਨਾ ਕਦੇ ਦੁਆ। ਮੈਂ ਕਿਹਾ ਚੱਲ ਕੋਈ ਨਹੀਂ, ਮੱਝ ਮਰ ਗਈ, ਜੂਆਂ ਮਰ ਗਈਆਂ, ਇਹਦੀ ਕੀ ਲੈਣਾ, ਸਾਡਾ ਬੱਚਾ ਰਾਹ ਵੀ ਰਵੇ, ਪਰ ਦੁਨੀਆ ਨਹੀਂ ਇਹ ਚੀਜ਼ ਦੁਆ ਦੇ। ਬਾਬਾ ਜੀ ਦੁਬਾਰਾ ਭਾਵਕ ਹੋ ਗਏ ਆਪਾਂ ਜੀ, ਦੇਖੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਬਈ, ਆਪਾਂ ਇਹ ਨਹੀਂ ਕਹਿੰਦੇ ਸਾਨੂੰ ਮਾੜਾ ਕਹਿ ਚੰਗਾ ਕਹ, ਬਈ ਕੋਈ ਨਹੀਂ, ਸਾਨੂੰ ਇਸ ਚੀਜ਼ ਦਾ ਕੋਈ ਹੀ ਨਹੀਂ, ਨਾ ਮੈਂ ਕਿਸੇ ਨੂੰ ਕਹਿੰਦਾ ਮੈਂ ਮੇਕੋ ਆਓ, ਨਾ ਮੈਂ ਕਹਿੰਦਾ ਜਾਓ, ਠੀਕ ਆ ਜੀ। ਦੂਜੀ ਗੱਲ ਹੈਗੀ ਇਹ ਬਈ, ਕਿਸੇ ਦੇ ਕਹਿਣਾ ਮੈਂ ਮਾੜਾ ਨਹੀਂ ਹੋਣਾ, ਕਿਸੇ ਦੇ ਕਹਿਣਾ ਚੰਗਾ ਨਹੀਂ। ਸੋ ਹੌਸਲਾ ਰੱਖੋ, ਥੋੜ੍ਹਾ ਜਿਹਾ ਹੌਸਲਾ ਰੱਖੋ, ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਤੁਹਾਡੀ ਕੋਈ ਨਹੀਂ ਕੋਈ ਨਹੀਂ। ਸੋ 4 ਸਾਲ ਮੈਂ ਕੱਟਿਆ ਜੀ, 4 ਸਾਲ। ਦੇਖੋ ਇਹ ਜਨਾਨੀ ਜਿੰਨੇ ਕਿਸੇ ਕੋਲ ਕੱਪੜੇ ਹੋਣ, ਇਹਦੇ ਜਿੰਨੀਆਂ ਜੁੱਤੀਆਂ ਹੋਣ ਕਿਸੇ ਕੋਲ, ਠੀਕ ਹੈ ਜੀ, ਉਹਦੀ ਜੁੱਤੀ ਹੋਊਗੀ, ਮੇਰਾ ਸਿਰ ਹੋਊਗਾ, ਇਹਦੇ ਜਿੰਨੀਆਂ ਜੁੱਤੀਆਂ, ਇਹਦੇ ਜਿੰਨੇ ਕੱਪੜੇ, ਜਿੰਨੇ ਇਹਦੇ ਕੋਲ ਆ,
ਫਿਰ ਹਰੇਕ ਵਾਰੀ ਇਹਨੇ ਡਰਾਮਾ ਹੀ ਕਰਨਾ, ਹਰੇਕ ਵਾਰੀ ਮੈਂ ਕਹਿੰਦਾ ਮੈਨੂੰ ਘਰੇ ਬਦਨਾਮ ਹੈ, ਕੋਈ ਨੀ ਕੋਈ ਇੱਦਾਂ ਦੀ ਗੱਲ, ਮੈਂ ਸਿਰਫ ਇੱਕ ਜੀਰੋ ਹੁੰਦਾ ਆਪਣੇ ਮੰਡੇ। ਦੇਖੋ ਬਾਬਾ ਸਰ, ਮੈਂ ਅੱਜ ਤੱਕ ਇੱਕ ਬੰਦਾ ਵੀ ਕਹਿ ਦੇਵੇ ਵੀ ਸਾਨੂੰ ਕਿਸੇ ਨੇ ਕਿਹਾ ਵੀ ਬਾਬੇ ਨੇ ਕਿਸੇ ਨੂੰ ਰੂਡਰੀ ਬੋਲੀ ਬੋਲੀ, ਕਿਸੇ ਦੀ ਧੀ ਭੈਣ, ਸਿਰਫ ਮੈਂ ਜੀਰੋ ਹੁੰਦਾ ਆਪਣੇ ਮੁੰਡੇ ਕਰਕੇ। ਠੀਕ ਹੈ ਜੀ, ਮੇਰਾ ਇੱਕ ਬਹੁਤਾ ਮੈਂ ਨਹੀਂ ਕਹਿੰਦਾ ਮੇਰੇ ਤੋਂ ਦੂਰ, ਖੁੱਲ੍ਹੇ ਦਿਲ ਨਾਲ, ਬਾਕੀ ਕੋਈ ਨਹੀਂ ਸਰ ਮੈਂ ਇੱਦਾਂ ਦੀਆਂ ਨਹੀਂ ਕੋਈ ਵੀ ਗੱਲ ਹੈਗੀ, ਸਭ ਕੁਛ ਠੀਕ ਆ। ਪਰ ਸਭ ਤੋਂ ਵੱਡੀ ਗੱਲ ਇਹ ਆ ਬਈਆ ਨਹੀਂ, ਮੇਰੀ ਜ਼ਿੰਦਗੀ ਤਾਂ ਕੋਈ ਚੱਜ ਦਾ ਦਿਨ ਨਹੀਂ ਲੰਘੇ ਬਾਬਾ ਜੀ। ਜ਼ਿੰਦਗੀ ਜਿਹੜੀ ਬਾਬਿਆਂ ਦੀ ਜ਼ਿੰਦਗੀ ਹੁੰਦੀ ਉਹ ਇਨਸਾਨਾਂ ਦੀ ਮੁਹਤਾਜ ਨਹੀਂ ਹੁੰਦੀ, ਹੈ ਨਾ। ਹਾਂ ਇਹ ਗੱਲ ਪੱਕੀ ਹੈ ਕਿ ਜਿਹੜੀ ਇੱਕ ਫੈਮਿਲੀ ਮੈਟਰ ਹੁੰਦਾ ਉਹ ਇੱਕ ਅਲੱਗ ਜ਼ਿੰਦਗੀ ਹੁੰਦੀ ਹੈ ਨਾ, ਉੱਥੇ ਖੁਸ਼ੀਆਂ ਹੋਣ ਅਤੇ ਕਹਿ ਲਓ ਕਿ ਬੰਦੇ ਦੀ ਉਮਰ ਦੁੱਗਣੀ ਹੋ ਜਾਂਦੀ ਹੈ ਨਾ, ਬੰਦੇ ਦੇ ਚਿਹਰੇ 'ਤੇ ਰੋਹ ਵੀ ਕੁਛ ਹੋਰ ਹੁੰਦਾ। ਠੀਕ ਹੈ, ਮੈਨੂੰ ਇਸ ਚੀਜ਼ ਦਾ ਨਹੀਂ, ਮੈਂ ਇੱਥੇ ਰਵਾਂ ਨਾ ਰਵਾਂ ਮੈਨੂੰ ਕੋਈ ਨਹੀਂ ਕਹਿ ਦਊਗਾ ਵੀ ਇੱਥੇ ਕੋਈ ਕੰਜਰਖਾਨਾ ਕਰ ਗਿਆ ਜਾਂ ਬਾਬਾ ਇੱਥੋਂ ਕੋਈ ਖਾ ਗਿਆ, ਨਾ ਮੇਰਾ ਅਕਾਊਂਟ, ਨਾ ਏਟੀਐਮ, ਨਾ ਬੈਂਕ ਦੀ ਕਾਪੀ, ਇਹ ਇਹਨੂੰ ਕੋਈ ਨਹੀਂ, ਇਹ ਤਾਂ ਰੱਬ ਜਾਣਦਾ। ਇਹ ਲੈ ਗਏ ਦੇ ਗਏ ਸਭ ਕੋਲ, ਪਰ ਸਭ ਤੋਂ ਗੱਲ ਹਾਲਾਤ ਦਾ ਦੁੱਖ, ਸਭ ਤੋਂ ਪੈੜਾ ਭਾਜੀ, ਹਾਲਾਤ ਤੋਂ ਉੱਪਰ ਦੁੱਖ ਨਹੀਂ ਹੈ ਕੋਈ ਵੀ। ਮੈਂ ਕਹਿੰਦਾ ਵੀ ਚੱਲ ਕੁਛ ਵੀ ਆ, ਮੈਂ ਨਹੀਂ ਕਹਿੰਦਾ ਵੀ ਮੇਰਾ ਬੱਚਾ ਕਿਸੇ ਦੇ ਅੱਗੇ ਹੱਥ। ਠੀਕ ਹੈ, ਬਾਕੀ ਗੱਲ ਇਹ ਹੈ ਜੇ ਮੈਂ ਚੰਗਾ ਤਾਂ ਮੈਂ ਵੀ ਦੁਨੀਆਂ ਦਿਸ ਪਾਉਣਾ, ਇਹ ਚੰਗੀ ਆ ਤਾਂ ਇਹ ਵੀ ਦਿਸ ਪਾਉਣਾ। ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ, ਮੈਂ ਤੁਹਾਡਾ ਆਪਣਾ ਵੀ ਕਾਲਾ ਕਟਾਰੀਆ।